ਪੱਕਾ ਮੋਰਚਾ ਲੱਗ ਗਿਆ, ਜਿੱਦਣ ਸਰਕਾਰ ਰਾਹ ਦਊਗੀ ਇੱਥੋਂ ਸਾਨੂੰ ਰਾਹ ਖੋਲ ਦੂ, ਅਸੀਂ ਦਿੱਲੀ ਜਾਣ ਵਾਲੀ ਗੱਲ ਤੇ ਕਾਇਮ ਆ, ਬੈਰੀਕੇਡ ਨਹੀਂ ਤੋੜੋਗੇ ਨਾ, ਟਕਰਾਅ ਪੈਦਾ ਕਰਕੇ ਬੁਲਟ ਦੀ ਰਿਸਕ ਤੇ ਨਹੀਂ ਹੋਵਾਂਗੇ ਵਧਾਂਗੇ, ਠੀਕ ਹੈ। ਅਸੀਂ ਅੰਦੋਲਨ ਲੜੇ ਆ, ਅੰਦੋਲਨ ਵਿੱਚ ਝੰਡਾ ਡੰਡਾ ਵਾ, ਹਲਕਾ ਫੁਲਕਾ ਤੁਹਾਡੇ ਤੇ ਪਾਣੀ ਮਾਰ ਦਿੰਦੀ ਕੋਈ ਗੱਲ ਨੀ, ਹੰਝੂ ਗੈਸ ਮਾੜਾ ਮੋਟਾ ਵੱਜ ਜਾਂਦਾ ਕੋਈ ਗੱਲ ਨੀ, ਹਲਕਾ ਫੁਲਕਾ ਲਾਠੀ ਚਾਰਜ ਹੁੰਦਾ ਇੰਨਾ ਝੱਲ ਲੈਂਦੇ ਆ, ਜਦੋਂ ਸਰਕਾਰ ਸਿੱਧੀ ਬੁਲਟ ਚਲਾਉਂਦੀ ਆ ਭਾਈ, ਨਿਹੱਤੇ ਲੋਕਾਂ ਦਾ ਸਿੱਧੀਆਂ ਗੋਲੀਆਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ, ਇਸ ਰਿਸਕ ਤੇ ਅਸੀਂ ਦਿੱਲੀ ਵੱਲ ਨੂੰ ਨਹੀਂ ਵਧਾਂਗੇ। ਔਰ ਜਦੋਂ ਸਰਕਾਰ ਇਹ ਰਾਹ ਖੋਲੂਗੀ ਉਦੋਂ, ਹੁਣ ਇਹ ਰਸਤਾ ਸਰਕਾਰ ਦੀ ਗਲੇ ਦੀ ਹੱਡੀ ਬਣਿਆ, ਅੱਜ ਸਾਡੀ ਪ੍ਰਸ਼ਾਸਨ ਹੈ ਕਿ ਅਸੀਂ ਰਾਹ ਰੋਕਿਆ, ਹੁਣ ਉਹਨਾਂ ਨੇ ਰੋਕਿਆ, ਹੁਣ ਜਦੋਂ ਅਸੀਂ ਰਾਹ ਇੱਥੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ, ਫਿਰ ਦਿੱਲੀ ਨੂੰ ਕੋਈ ਘੇਰ ਕੇ ਰੱਖਿਆ, ਅਸੀਂ ਤਾਂ ਕਹਿੰਦੇ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ, ਸਾਡਾ ਭਾਈ ਤੁਹਾਨੂੰ ਅਪੀਲ ਆ ਵੀ ਦਿੱਲੀ ਵਾਲੇ ਰਾਹ ਸਾਰੇ ਖੋਲੋ, ਅਸੀਂ ਤਾਂ ਤੁਹਾਡੇ ਤੋਂ 250 ਕਿਲੋਮੀਟਰ ਦੇ, ਆ ਇਹ ਬਾਰਡਰਾਂ ਦੇ ਪਿੱਛੇ ਜਿੰਨੇ ਵੀ ਤੁਸੀਂ ਲਾਏ ਬੈਰੀਕੇਡ ਉਹ ਖੋਲ ਦਿਓ, ਹਰਿਆਣੇ ਦੇ ਵਿੱਚੋਂ 70,000 ਅਰਧ ਸੈਨਿਕ ਫੋਰਸ ਕੱਢ ਲਓ, ਕਿਉਂਕਿ ਸਾਡਾ ਤੇ ਲਾਣੇ ਅਸੀਂ ਬੈਠਾਂਗੇ, ਜਿੰਨਾ ਚਿਰ ਤੁਸੀਂ ਨਹੀਂ ਖੋਲੋਗੇ ਉਹਨਾਂ ਚਿਰ ਅਸੀਂ ਅੱਗੇ ਨਹੀਂ ਵਧਾਂਗੇ। ਇਹ ਹੁਣ ਇੱਥੋਂ ਅੰਦੋਲਨ ਚਾਹੇ ਉਹ ਮਹੀਨਾ ਰਹਿਣਾ ਖੁੱਲੇ, 2 ਮਹੀਨੇ, 6 ਮਹੀਨੇ, ਇੱਕ ਮੰਨੀਏ ਵੀ ਹੁਣ ਤੁਸੀਂ ਇੱਥੇ ਇੱਕ ਲੰਬਾ ਅੰਦੋਲਨ ਚਲਾਓਗੇ ਪਿਛਲੀ ਵਾਰ ਵਾਂਗ, ਬਿਲਕੁਲ ਇੱਥੋਂ ਇੱਕ ਲੰਬਾ ਅੰਦੋਲਨ ਚੱਲੂਗਾ, ਔਰ ਦੁਨੀਆਂ ਦੇ ਅੱਗੇ ਪੇਸ਼ ਕਰਾਂਗੇ ਵੀ ਜਿਹੜੀ ਪੰਜਾਬ ਦੀ ਅਰਧ ਵਿਵਸਥਾ ਦਾ ਨੁਕਸਾਨ ਕਰ ਰਹੀ ਹੈ ਤੇ ਕੇਂਦਰ ਕਰ ਰਿਹਾ, ਸਾਡੀਆਂ ਮੰਡੀਆਂ, ਸਾਡਾ ਬੜਾ ਵਪਾਰ ਆਉਣਾ ਜਾਣਾ, ਸਾਡੇ ਵਪਾਰੀ ਜਾਂ ਦਿੱਲੀ ਦੇ ਵਪਾਰੀ ਜਾਂ ਪੂਰੇ ਹਰਿਆਣੇ ਨੂੰ ਜਿਵੇਂ ਇੱਕ ਮਤਲਬ ਖੁੱਲੀ ਜੇਲ੍ਹ 'ਚ ਬਦਲਿਆ, ਇਹਦੇ ਲਈ ਸਰਕਾਰ ਜ਼ਿੰਮੇਵਾਰ, ਅਸੀਂ ਨਹੀਂ ਜ਼ਿੰਮੇਵਾਰ, ਅਸੀਂ ਤਾਂ ਫੈਸਲਾ ਕਰ ਲਿਆ ਵੀ ਅਸੀਂ ਬਹਿ ਗਏ ਬਾਈ, ਠੀਕ ਆ। ਅੱਗੇ ਦੀ ਕੋਈ ਰੂਪਰੇਖਾ ਕਿਸਾਨਾਂ ਤੱਕ ਪਹੁੰਚਾ ਦਿਓ? ਦੇਖੋ ਇੱਕ ਤਾਂ ਅੱਜ ਇੱਥੇ ਕੌਮਾਂਤਰੀ ਔਰਤ ਵਰਕਿੰਗ ਡੇ ਸੀਗਾ, ਜੇ ਤੁਸੀਂ ਵੇਖਿਆ ਅੱਜ ਕਿੱਡਾ ਵੱਡਾ ਵੱਡਾ ਇੱਥੇ ਇਕੱਠ ਹੋਇਆ, ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਦੋਲਨ ਤੁਸੀਂ ਵਿੱਢਿਆ, ਅੰਦੋਲਨ ਚੱਲ ਵੀ ਰਿਹਾ, 25 ਦਿਨ ਹੋ ਗਿਆ, ਅੱਜ ਇਹ ਅੰਦੋਲਨ ਖੜਾ ਕਿੱਥੇ ਹੈ ਜੀ? ਲੋਕ ਪੁੱਛਣਾ ਚਾਹੁੰਦੇ ਆ 25 ਦਿਨਾਂ 'ਚ ਅਸੀਂ ਕਿੱਥੇ ਪਹੁੰਚੇ, ਕੁਝ ਹੱਥ ਪੱਲੇ ਆਇਆ, ਕੀ ਪਾਇਆ, ਕੀ ਗਵਾਇਆ? ਦੇਖੋ ਇੱਕ ਤਾਂ ਇਸ ਅੰਦੋਲਨ ਦੇ ਦਬਾਅ 'ਚ ਮੋਦੀ ਸਰਕਾਰ ਨੂੰ ਗੱਲ ਕਰਨੀ ਪਈ, ਜਿਹੜੀ ਗੱਲ ਉਹ 2 ਸਾਲ ਤੋਂ ਕਰਨ ਨੂੰ ਤਿਆਰ ਨਹੀਂ ਸੀਗੀ, ਕਿਸੇ ਜਥੇਬੰਦੀ ਨੂੰ ਕਿਸੇ ਨੂੰ ਨਹੀਂ ਸੱਦਿਆ ਗਿਆ। ਦੂਸਰਾ ਇਸ ਅੰਦੋਲਨ ਨੇ ਪੂਰੇ ਦੇਸ਼ ਨੂੰ ਫਿਰ ਇੱਕ ਮੁੱਠ ਕਰ ਦਿੱਤਾ, ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਅੱਜ ਟੌਪ ਲਿਸਟ ਵਿੱਚ ਆ ਗਈਆਂ, ਜਿਹੜੇ ਏਜੰਡੇ ਕਾਰਪੋਰੇਟ ਦੇ ਜਾਂ ਹਾਕਮਾਂ ਦੇ ਸੀ ਉਹ ਪਿੱਛੇ ਚਲੇ ਗਏ, ਕਿਸਾਨਾਂ ਮਜ਼ਦੂਰਾਂ ਦੇ ਏਜੰਡੇ ਅੱਜ ਟੌਪ ਲਿਸਟ ਤੇ ਆ ਗਏ। ਤੀਸਰਾ, ਇੱਕ ਵਾਰੀ ਜਿਹੜੀਆਂ ਪਰਸੈਪਸ਼ਨਾਂ ਸੀਗੀਆਂ ਵੀ ਸ਼ਾਇਦ ਅੰਦੋਲਨ ਏਡਾ ਵੱਡਾ ਦੁਬਾਰਾ ਖੜਾ ਨਹੀਂ ਹੋ ਸਕਦਾ, ਉਹ ਪਰਸੈਪਸ਼ਨਾਂ ਖਤਮ ਹੋ ਗਿਆ, ਏਡਾ ਵੱਡਾ ਅੰਦੋਲਨ ਫਿਰ ਦੁਬਾਰਾ ਖੜਾ ਹੋ ਗਿਆ। ਔਰ ਖੱਟਿਆ ਅਸੀਂ ਇਹ ਆ ਵੀ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਅੱਜ ਯੂਰਪ ਦੇ ਵਿੱਚ 27 ਮੁਲਕਾਂ 'ਚੋਂ ਕਹਿੰਦੇ 25 'ਚ ਅੰਦੋਲਨ ਚੱਲ ਰਿਹਾ, ਹਿੰਦੁਸਤਾਨ 'ਚ ਅੱਡ ਅੰਦੋਲਨ ਚੱਲ ਰਿਹਾ, ਔਰ ਪੂਰੀ ਦੁਨੀਆ 'ਚ ਇਹ ਗੱਲ ਜਾ ਰਹੀ ਆ ਵੀ ਖੇਤੀ ਸੈਕਟਰ ਨੂੰ ਜਿਵੇਂ ਕਾਰਪੋਰੇਟ ਹੜੱਪਣਾ ਚਾਹੁੰਦੇ ਆ, ਤੇ ਭਾਰਤ ਦਾ ਕਿਸਾਨ ਅੰਤਮ ਲੜਾਈ 'ਚ ਉਹਨਾਂ ਨਾਲ ਸੰਘਰਸ਼ ਰੱਤਾ ਵੀ ਅਸੀਂ ਤੁਸੀਂ ਸਾਰੇ ਸੈਕਟਰ ਤਾਂ ਖਾ ਲਏ, ਅਸੀਂ ਖੇਤੀ ਸੈਕਟਰ ਨਹੀਂ ਖਾਣ ਦੇਣਾ। ਔਰ ਸਭ ਤੋਂ ਵੱਡੀ ਗੱਲ, ਜਿਹੜੀ ਅਸੀਂ ਪੈਦਾ ਕਰ ਰਹੇ ਚੀਜ਼, ਕੋਈ ਵੀ ਸਾਡੀ ਖੇਤੀ 'ਚ ਪੈਦਾ ਹੋ ਰਹੀ ਚੀਜ਼ ਆ, ਉਹਦੀ ਸਿਕਿਉਰਿਟੀ ਸਾਨੂੰ ਰੇਟ ਦੀ ਕਰ ਦਿਓ, ਜਿਹੜਾ ਰੇਟ ਤੁਸੀਂ ਇੱਕ ਤਾਂ ਰੇਟ ਐਲਾਨ ਦੇ ਜੇ 23 ਫਸਲਾਂ ਦੇ, ਉਸ ਰੇਟ ਦੀ ਸਿਕਿਉਰਿਟੀ, ਇੱਕ ਜਿਹੜੀਆਂ ਫਸਲਾਂ ਦਾ ਰੇਟ ਤੁਸੀਂ ਐਲਾਨਦੇ ਹੀ ਨਹੀਂ ਹੈਗੇ ਉਹਨਾਂ ਦੇ ਰੇਟ ਵੀ ਐਲਾਨੋ, ਇਹ ਮੁੱਦਾ ਦੁਨੀਆ ਦੇ ਵਿੱਚ 1 ਨੰਬਰ 'ਤੇ ਚੱਲ ਰਿਹਾ ਹੈਗਾ। ਔਰ ਇਹ ਕੋਈ 2 ਜਥੇਬੰਦੀਆਂ ਦਾ ਅੰਦੋਲਨ ਨਹੀਂ, 2 ਫੋਰਮਾਂ ਦਾ ਅੰਦੋਲਨ ਆ, ਉਹਦੇ ਪਿੱਛੇ
200 ਤੋਂ ਪਲੱਸ ਜਥੇਬੰਦੀਆਂ ਨੇ। ਅੰਦੇ ਸਭ ਇੱਕ ਚੀਜ਼ ਇਹ ਸਵਾਲ ਵੀ ਲੋਕਾਂ ਦੇ ਜ਼ਹਿਨ ਦੇ ਵਿੱਚ ਬੜਾ ਰੜਕਦਾ ਹੈ, ਤੁਸੀਂ ਯੂਰਪ ਦੀ ਗੱਲ ਕੀਤੀ ਕਿ ਯੂਰਪ 'ਚ ਵੀ ਅੰਦੋਲਨ ਚੱਲ ਰਿਹਾ, ਕਿਸਾਨ ਅੰਦੋਲਨ ਕਰ ਰਹੇ ਨੇ, ਕੋਈ ਦੋ ਰਿਹਾ ਨਹੀਂ ਕਿ ਵੱਡਾ ਇਕੱਠ ਇਸ ਵੇਲੇ ਨਜ਼ਰ ਆ ਰਿਹਾ ਇਹਨਾਂ ਮੋਰਚਿਆਂ 'ਤੇ, ਪਰ ਤੁਹਾਡੇ ਸਾਥੀ ਹਲੇ ਵੀ ਤੁਹਾਡੇ ਨਾਲ ਤੁਰਨ ਲਈ ਤਿਆਰ ਨਹੀਂ? ਜਿਹੜੇ ਕਿਸਾਨ ਆਗੂ ਪਿਛਲੇ ਮੋਰਚੇ ਦੇ ਦੌਰਾਨ 32-33 ਇਕੱਠੇ ਬੈਠੇ ਨਜ਼ਰ ਆਉਂਦੇ ਸੀ, ਉਹ ਅੱਜ ਵੀ ਕਿਤੇ ਨਾ ਕਿਤੇ ਤੁਹਾਡੇ 'ਤੇ ਸਵਾਲ ਚੁੱਕਦੇ ਨਜ਼ਰ ਆਉਂਦੇ? ਦੇਖੋ, ਜਿੱਥੋਂ ਤੱਕ ਸਾਡਾ ਸੰਬੰਧ ਹੈ, ਪੰਜਾਬ ਦੇ ਅੰਦਰ ਲਗਭਗ 19 ਕੁ ਜਥੇਬੰਦੀਆਂ ਡਲੇਵਾਲ ਸਾਹਿਬ ਦੇ ਪਲੇਟਫਾਰਮ ਨਾਲ ਪੰਜਾਬ ਦੀਆਂ, ਸਾਡੇ ਨਾਲ ਵੀ 11 ਜਥੇਬੰਦੀਆਂ, ਲਗਭਗ 30 ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਵਾ। ਦੇਖੋ, ਕੋਈ ਜਥੇਬੰਦੀ ਬਹੁਤ ਛੋਟੀ ਹੋ ਸਕਦੀ ਹੈ, ਕੋਈ ਜਥੇਬੰਦੀ ਬਹੁਤ ਵੱਡੀ ਹੋ ਸਕਦੀ ਆ। 12-13 ਜਥੇਬੰਦੀਆਂ ਉਹ ਨੇ ਜਿਹੜੀਆਂ ਪਿਛਲੀਆਂ 32 ਜਥੇਬੰਦੀਆਂ ਸਾਡੇ ਨਾਲ ਹੁੰਦੀਆਂ ਸੀ। ਤੋ ਦੂਸਰਾ, ਹਰੇਕ ਨੂੰ ਕਿਸੇ ਦੀ ਆਲੋਚਨਾ ਕਰਨ ਦਾ ਹੱਕ ਹੈਗਾ ਵਾ, ਕੋਈ ਕਿੰਤੂ ਪਰੰਤੂ। ਪਨੀਰ ਸਾਹਿਬ, ਇੱਕ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਜਾਨ ਚਲੀ ਗਈ, ਇੱਕ ਨੌਜਵਾਨ ਦੀ ਜਾਨ ਵੀ ਜਿਹੜੀ ਹੈ ਕਿਸਾਨ ਆਗੂਆਂ ਨੂੰ ਇਕੱਠੇ ਨਹੀਂ ਕਰ ਸਕੀ, ਇੱਕ ਨੌਜਵਾਨ ਦੀ ਸ਼ਹੀਦੀ ਉਹਦੀ ਜ਼ਿੰਦਗੀ ਦਾਅ ਤੇ ਲੱਗ ਗਈ, ਕਿ ਉਹਦੇ ਬਾਅਦ ਵੀ ਜਿਹੜਾ ਹੈਗਾ ਜਥੇਬੰਦੀਆਂ ਨੂੰ ਕੋਈ ਸੁਨੇਹਾ ਨਹੀਂ ਮਿਲਿਆ, ਜਾਂ ਫਿਰ ਜਥੇਬੰਦੀਆਂ ਇਕੱਠੀਆਂ ਹੋਣ ਦੇ ਹਾਲਾਤਾਂ 'ਚ ਨਹੀਂ ਆ ਸਕੀਆਂ? ਦੇਖੋ, ਅਸੀਂ ਪਹਿਲੇ ਦਿਨ ਤੋਂ ਇੱਕ ਗੱਲ ਬਾਰ ਬਾਰ ਕਹਿੰਦੇ ਆਏ ਹਾਂ ਵੀ ਅਸੀਂ ਦੋ ਫੋਰਮਾਂ ਨੇ ਇੱਕ ਜਾਪਤਾ ਬਣਾਇਆ, ਠੀਕ ਹੈ, ਔਰ ਉਹ ਜਾਪਤੇ ਦੇ ਵਿੱਚ ਜਿਹੜਾ ਆ ਸਕਦਾ ਸਾਡੇ ਵੱਲੋਂ ਖੁੱਲ੍ਹਾ ਸੱਦਾ। ਸੈਕਿੰਡ, ਕਿਸੇ ਨੂੰ ਲੱਗ ਸਕਦਾ ਵੀ ਅਸੀਂ ਤੁਹਾਡੇ ਜਾਪਤੇ 'ਚ ਰਹਿ ਕੇ ਕੰਮ ਨਹੀਂ ਕਰਨਾ। ਇੱਕ ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਕਿ ਮੇਰੇ ਨਾਲ ਹੀ ਗੱਲਬਾਤ ਕਰਦਿਆਂ ਤੁਸੀਂ ਦੋਵੇਂ ਹੱਥ ਬੰਨ੍ਹ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਉਸ ਪੱਧਰ 'ਤੇ ਆ ਗਏ, ਤੁਸੀਂ ਕਿਹਾ ਕਿ ਮੈਂ ਦੋਵੇਂ ਹੱਥ ਬੰਨ੍ਹ ਕੇ ਵੀ ਅਪੀਲ ਕਰਨ ਲਈ ਤਿਆਰ ਹਾਂ, ਉਹ ਹੱਥ ਬੰਨਿਆਂ ਦਾ ਅਪੀਲ ਦਾ ਕੋਈ ਅਸਰ ਹੋਇਆ? ਨਹੀਂ, ਮੈਂ ਉਹ ਗੱਲ ਵੀ ਅਸੀਂ ਜਿਹੜੇ ਸਾਡੇ ਜਾਪਤੇ ਨਾਲ ਵੀ ਨਹੀਂ ਲੜਨਾ ਚਾਹੁੰਦੇ, ਅਸੀਂ ਕਹਿੰਦੇ ਤੁਸੀਂ ਆਪਣੇ ਤੌਰ 'ਤੇ ਤਾਲਮੇਲ ਕਰਕੇ ਇਸ ਮੋਰਚੇ ਨੂੰ ਕਿਵੇਂ ਕਾਮਯਾਬ ਕਰ ਸਕਦੇ, ਅਸੀਂ ਉਹਦੇ ਲਈ ਵੀ ਤਿਆਰ ਹੈਗੇ ਹਾਂ। ਤੋ ਅਸੀਂ ਤਾਂ ਅਪੀਲਾਂ ਲਗਾਤਾਰ ਕਰਦੇ ਆਏ ਹਾਂ ਵੀ ਇਹ ਜਥੇਬੰਦੀਆਂ ਦਾ ਰੌਲਾ ਨਹੀਂ ਹੈ, ਇਹ ਤਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਹੈ, ਇਹ ਮੰਗਾਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ, ਸਾਡੇ ਨਾ ਬਾਈ ਕਿਸੇ ਦਾ ਰੌਲਾ ਹੋਊ ਨਾ, ਸਾਡੀਆਂ ਦੂਜੀਆਂ ਜਥੇਬੰਦੀਆਂ ਦਾ ਕੋਈ ਰੌਲਾ ਹੋਊ ਨਾ, ਕਿਸਾਨ ਮਜ਼ਦੂਰ ਦੀ ਲਹਿਰ ਨਾਲ ਤਾਂ ਰੌਲਾ ਨਹੀਂ ਕਿਸੇ ਦਾ, ਸਾਡੀਆਂ ਮੰਗਾਂ ਨਾਲ ਤਾਂ ਰੌਲਾ ਕੋਈ ਨੂੰ, ਕਹਿੰਦੇ ਮੰਗਾਂ ਸਾਂਝੀਆਂ ਤਾਂ ਦੂਜੇ ਬਣੇ। ਸਾਡੀ ਪਿਛਲੇ ਅੰਦੋਲਨ 'ਚ ਪਾਲਸੀ ਰਹੀ ਸੀ ਸਾਡੀ ਜਥੇਬੰਦੀ ਦੀ ਵੀ ਸੱਦਾ ਕੌਣ ਦਿੰਦਾ, ਸਾਨੂੰ ਮਾਇਨੇ ਨਹੀਂ ਰੱਖਦਾ, ਸੱਦਾ ਕਿਹਦੇ ਖਿਲਾਫ ਹੈ ਅਤੇ ਸੱਦਾ ਕਿਹਦੇ ਲਈ ਹੈ। ਅਸੀਂ ਆਜ਼ਾਦ ਤੌਰ 'ਤੇ ਸਪੋਰਟ ਕੀਤੀ ਸੀ ਐਸ ਕੇ ਐਮ ਦੀ, ਸੱਦਾ ਕਿਸਾਨਾਂ ਮਜ਼ਦੂਰਾਂ ਲਈ ਸੀ, ਵਿਰੋਧ ਮੋਦੀ ਦੇ ਸਰਕਾਰ, ਅਸੀਂ ਨਹੀਂ ਸੀ ਦੇਖਿਆ ਸੱਦਾ ਕੌਣ ਦੇ ਰਿਹਾ ਅਤੇ ਕੌਣ ਨਹੀਂ ਦੇ ਰਿਹਾ। ਤੋ ਜਦੋਂ ਕਿਸਾਨ ਮਜ਼ਦੂਰ ਦੀ ਲਹਿਰ ਦਾ ਸਵਾਲ ਹੋਵੇ, ਸਾਡੇ ਮਤ ਵਿੱਚ ਸੀ ਹੈ ਪਿਛਲੀ ਵਾਰੀ ਵੀ ਬਾਕੀ ਸਾਰੇ ਬਾਰਡਰ ਦੇ ਉਰਲੇ ਪਾਸੇ ਤੁਸੀਂ ਬਾਰਡਰ ਟੱਪ ਕੇ ਬੈਠੇ ਸੀ, ਫਿਰ ਵੀ ਅੰਦੋਲਨ ਇਕੱਠੇ ਚੱਲਿਆ, ਕੀ ਉਹ ਸਥਿਤੀ ਦੇ ਵਿੱਚ ਪਿਛਲੀ ਵਾਰੀ ਤੁਸੀਂ ਗਾਂਹ ਬੈਠੇ ਸੀ ਤੇ ਇਸ ਵਾਰੀ ਦੂਜੀਆਂ ਜਥੇਬੰਦੀਆਂ ਵੱਖਰੀਆਂ ਨਹੀਂ ਸੀ ਬੈਠ ਸਕਦੀ, ਕਿ ਉਹਨਾਂ ਕੋਲ ਰਸਤਾ ਨਹੀਂ ਸੀ? ਅਸੀਂ ਬਾਈ ਕਹਿੰਦੇ ਨਹੀਂ, ਅਸੀਂ ਤਾਂ ਉਹਨਾਂ ਚੋਂ ਹੈ ਨਹੀਂ, ਤੁਸੀਂ ਬਹਿ ਸਕਦੇ ਹੋ ਅੱਗੇ ਜਾ ਕੇ ਬਹਿ ਲਓ, ਸਾਨੂੰ ਤਾਂ ਇੱਥੇ ਵੀ ਇਤਰਾਜ ਨਹੀਂ, ਬਥੇਰੇ ਬਾਰਡਰ ਨੇ ਪੰਜਾਬ ਦੇ, ਬਾਈ ਕੋਈ ਬਹਿਣਾ ਚਾਹੁੰਦਾ ਜਿਹੜੇ ਬਾਰਡਰ ਤੇ ਜਿਹੜਾ ਮਰਜ਼ੀ ਮੰਨ ਲਏ, ਜਾਂ ਤਾਂ ਅਸੀਂ ਇਤਰਾਜ ਕਰਦੇ ਹਾਂ ਬਾਈ ਤਾਂ ਠੀਕ ਆ, ਜਾਂ ਅਸੀਂ ਕਹਿੰਦੇ ਤੁਹਾਡੇ ਨਾਲ ਤਾਲਮੇਲ ਕਰਨਾ ਨਹੀਂ ਚਾਹੁੰਦੇ ਤਾਂ ਇਤਰਾਜ ਨਹੀਂ ਹੈਗਾ। ਹਾਂ, ਦੇਖੋ ਜਿਹੜੀਆਂ ਅੰਦਰ ਦੀਆਂ ਗੱਲਾਂ ਨੇ ਉਹ ਜਨਤਾ ਵਿੱਚ ਨਹੀਂ ਜਾਣੀਆਂ ਚਾਹੀਦੀਆਂ। ਮੈਂ ਕਹਿੰਦਾ ਸਾਡੀ ਕੋਈ ਵੀ ਬੋਲੀ, ਅਸੀਂ ਕੁਛ ਬੋਲਦੇ ਹਾਂ, ਸਾਡਾ ਕੋਈ ਬੋਲ ਕਬੋਲ ਮੋਦੀ ਸਰਕਾਰ ਨੂੰ ਫਾਇਦਾ ਪਹੁੰਚਾਉਂਦਾ ਤਾਂ ਉਂਗਲੀ ਸਾਡੇ ਵਾਲੇ ਪਾਸੇ ਚੱਕਣੀ ਚਾਹੀਦੀ। ਇਹ ਤਾਂ ਚਲੋ ਦੂਸਰੇ ਕਿਸੇ ਦਾ ਬੋਲ ਮੋਦੀ ਸਰਕਾਰ ਨੂੰ ਫਾਇਦਾ ਪਹੁੰਚਾਉਂਦਾ, ਉਹਨਾਂ ਤੇ ਵੀ ਉਂਗਲੀ ਚੱਕ, ਸਾਨੂੰ ਨਹੀਂ ਚਾਹੀਦਾ, ਅੰਦਰ ਦੀਆਂ ਗੱਲਾਂ ਅੰਦਰ ਬਹਿ ਕੇ ਨਿਬੇੜ ਲੈਣੀਆਂ ਚਾਹੀਦੀਆਂ। ਅਧਿਰ ਸਾਹਿਬ, ਇਹ ਤਾਂ ਹੋ ਗਏ ਨਿੱਜੀ ਮਸਲੇ, ਪਰ ਜਿਹੜਾ ਕਿਸਾਨ ਬੈਠਾ ਨਾ,
ਕਿਸਾਨ ਕਹਿੰਦਾ ਹੈ ਕਿ ਅਸੀਂ ਤਾਂ ਭਾਈ ਆਪਦੀਆਂ ਮੰਗਾਂ ਨੂੰ ਲੈ ਕੇ ਆ ਕੇ ਤੁਹਾਡੇ ਨਾਲ ਬੈਠੇ ਹਾਂ, ਤਾਂ ਸ਼ਾਇਦ ਉਹ ਕਿਸਾਨ ਨੂੰ ਇਸ ਗੱਲ ਨਾਲ ਵਾਸਤਾ ਨਹੀਂ ਕਿ ਤੁਹਾਡੇ 'ਚ ਕੀ ਚੱਲ ਰਿਹਾ, ਪਰ ਉਹ ਇਸ ਗੱਲ ਨਾਲ ਦੁਖੀ ਜ਼ਰੂਰ ਹੁੰਦੇ ਹੋਣਗੇ। ਅਗਲੀ ਗੱਲ, ਹਮੇਸ਼ਾ ਕਿਸਾਨ ਆਗੂ ਇਹ ਗੱਲ ਕਰਦੇ ਨੇ ਕਿ ਅਸੀਂ ਹਾਈਕੋਰਟ ਜਾ ਰਹੇ ਹਾਂ ਜੋ ਉੱਥੇ ਇਨਸਾਫ ਦੀ ਹੁੰਦੀ ਹੈ, ਪਰ ਹਾਈਕੋਰਟ ਦੇ ਵਿੱਚ ਵੀ ਤੁਹਾਡੇ 'ਤੇ ਕਈ ਤਰ੍ਹਾਂ ਦੇ ਸਵਾਲ ਚੱਕੇ ਗਏ। ਜਿਸ ਤਰ੍ਹਾਂ ਦਾ ਅੰਦੋਲਨ ਚੱਲ ਰਿਹਾ ਹਾਈਕੋਰਟ ਨੇ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਤੁਹਾਡੇ ਵੱਲ ਸੰਕੇਤ ਦਿੱਤੇ ਨੇ, ਸਵਾਲ ਕੀਤੇ ਨੇ। ਇੱਕ ਤਾਂ ਸਾਫ਼ ਤੌਰ 'ਤੇ ਕੁਝ ਬੱਚਿਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ, ਇੱਥੋਂ ਤੱਕ ਕਹਿਤਾ ਕਿ ਕੀ ਤੁਸੀਂ ਬੱਚਿਆਂ ਨੂੰ ਅੱਗੇ ਲਾ ਕੇ ਜਿਹੜਾ ਹੈਗਾ ਢਾਲ ਬਣਾ ਕੇ ਇਸ ਤਰ੍ਹਾਂ ਦੇ ਅੰਦੋਲਨ ਲੜ ਰਹੇ ਹੋ, ਔਰ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਕਹਿੰਦੇ ਤੁਸੀਂ ਅੰਦੋਲਨ ਲੜ ਰਹੇ ਹੋ। ਦੇਖੋ, ਸਾਡੇ ਫੋਰਮਾਂ ਦਾ ਕੋਈ ਵੀ ਫੈਸਲਾ ਨਹੀਂ ਸੀ ਵੀ ਅਸੀਂ ਅਦਾਲਤ ਦਾ ਰੁੱਖ ਕਰੀਏ। ਤੁਸੀਂ ਦਸਾਂ ਬੰਦਿਆਂ ਨੂੰ ਪੁੱਛ ਲਓ ਵੀ ਸਾਡੀ ਨਿਆਂਪਾਲਿਕਾ ਦੀ ਪਰਸੈਪਸ਼ਨ ਕੀ ਹੈਗੀ ਹੈ ਲੋਕਾਂ ਦੇ ਵਿੱਚ। ਜੇ ਸੱਚਿਓ ਸਾਡੀ ਨਿਆਂਪਾਲਿਕਾ ਆਜ਼ਾਦ ਹੁੰਦੀ ਤਾਂ ਸਾਨੂੰ ਅੰਦੋਲਨ ਦੀ ਲੋੜ ਨਾ ਪੈਂਦੀ ਸੀ, ਉਹਦੇ ਥਰੂ ਸਾਰੇ ਮਸਲੇ ਹੱਲ ਕਰਾਂਗੇ। ਜਿੱਥੋਂ ਤੱਕ ਆਪਣੇ ਆਜ਼ਾਦਾਨਾ ਢੰਗ ਨਾਲ ਕਿਸੇ ਨੇ ਅਦਾਲਤ ਦੇ ਬੂਹੇ ਖੜਕਾਏ ਨੇ, ਉਦੋਂ ਬਾਅਦ ਕੋਈ ਦੇਖੋ ਨਿਆਂਪਾਲਿਕਾ ਦੀ ਇੱਕ ਮਜਬੂਰੀ ਹੁੰਦੀ ਹੈ ਵੀ ਜਿਹੜੇ ਤੱਥ ਉਹਨਾਂ ਸਾਹਮਣੇ ਪੇਸ਼ ਕੀਤੇ ਜਾਣਗੇ ਉਸ ਤੱਥ ਦੇ ਆਧਾਰ 'ਤੇ ਟਿੱਪਣੀ ਕਰਨਗੇ। ਤਾਂ ਤੱਥ ਹਰਿਆਣਾ ਸਰਕਾਰ ਸਾਡਾ ਪੱਖ ਕਿਉਂ ਰੱਖੂ ਕਿਸਾਨਾਂ ਦਾ? ਹਰਿਆਣਾ ਸਰਕਾਰ ਤਾਂ ਆਪ ਦਾ ਪੱਖ ਰੱਖੂ, ਮੋਦੀ ਸਰਕਾਰ ਦੀ ਕੋਸ਼ਿਸ਼ ਹੋਊ ਵੀ ਉਹ ਤੱਥ ਅਦਾਲਤ ਵਿੱਚ ਰੱਖੇ ਜਾਣ ਜਿਹਦੇ ਨਾਲ ਟਿੱਪਣੀ ਕੋਈ ਅਜਿਹੀ ਹੋਵੇ ਕਿਸਾਨ ਆਗੂਆਂ ਦੇ ਇਸ ਕਿਸਾਨ ਮਜ਼ਦੂਰ ਲਹਿਰ ਦੇ ਖਿਲਾਫ਼ ਕੁਛ ਉਹਦਾ ਨੈਰੇਟਿਵ ਬਣਾਇਆ ਜਾ ਸਕੇ। ਦੋਨਾਂ ਸਰਕਾਰਾਂ 'ਤੇ ਵੀ ਸਵਾਲ ਉੱਠਿਆ ਕਿ ਸਰਕਾਰਾਂ ਸਹੀ ਤਰੀਕੇ ਨਾਲ ਇਸ ਮਸਲੇ ਨਾਲ ਨਜਿੱਠ ਨਹੀਂ ਸਕੀਆਂ। ਦੇਖੋ, ਜੇ ਉਹਨਾਂ ਨੇ ਬੁਲਟ ਇਸਤੇਮਾਲ ਕੀਤੀ ਹੈ ਉਹਦੇ ਰੀਜਨ ਕੀ ਸੀ? ਬੁਲਟ ਇਸਤੇਮਾਲ ਤੋਂ ਪਹਿਲਾਂ ਤਾਂ ਬਹੁਤ ਕੁਛ ਹੁੰਦਾ ਨਾ ਵੀ ਤੁਸੀਂ ਜੋ ਕੁਛ ਕਰਨਾ ਵਾਰਨਿੰਗ ਦਿੰਦੇ, ਜੇ ਲਾਠੀਚਾਰਜ ਦੀ ਲੋੜ ਪੈਂਦੀ ਸਿੱਧਾ ਬੁਲਟ ਵਰਤ ਰਹੇ ਹੋ, ਸਿੱਧਾ ਕਿਸਾਨਾਂ 'ਤੇ ਗੋਲੀ ਚਲਾ ਰਹੇ ਵਾਰ ਪਰ 20 ਗੋਲੀਆਂ ਲੰਘ ਰਹੀਆਂ, ਇਹਦੀ ਲੋੜ ਕਿਉਂ ਪਈ? ਸਵਾਲ ਤਾਂ ਸਿਰਫ ਇੰਨਾ ਨਾ ਵੀ ਭਾਈ ਜੇ ਸਾਡੀ ਦੇਸ਼ ਦੇ ਸੰਵਿਧਾਨ ਦੀ ਧਾਰਾ 19 ਤਾਂ ਦੋਵਾਂ ਹਿੱਸਾ ਸਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਪੀਸਫੁਲੀ ਢੰਗ ਨਾਲ ਆਪਦੀ ਅਸੈਂਬਲੀ ਕਰ ਸਕਦੇ। ਅਸੀਂ ਤਾਂ ਅੱਜ ਵੀ ਕਹਿੰਦੇ ਹਾਂ ਵੀ ਸਰਕਾਰ ਹਰਿਆਣੇ ਵਾਲੇ ਆ ਜਾਣ, ਚੈੱਕ ਕਰਾ ਦੇਣੇ ਵੀ ਕਿਹੜੇ ਹਥਿਆਰ ਆ ਸਾਡੇ ਕੋਲ। ਹਾਂ, ਸਿੱਖ ਧਰਮ ਆ, ਉਹਦੇ ਵਿੱਚ ਸ੍ਰੀ ਸਾਹਿਬ ਪਾਉਣਾ, ਕੁਰਬਾਨ ਪਾਉਣਾ ਇੱਕ ਨਿਜ਼ਮ ਹੈ, ਠੀਕ ਹੈ, ਔਰ ਉਹਨੂੰ ਹਥਿਆਰ ਵਜੋਂ ਦੱਸਣਾ ਮੈਨੂੰ ਲੱਗਦਾ ਵਾਜਬ ਨਹੀਂ ਹੈਗਾ। ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਫੌਜਾਂ ਵਿੱਚ ਵੀ ਰੱਖਦੇ ਹੋ, ਉੱਥੇ ਵੀ ਸਾਡਾ ਗ੍ਰੰਥੀ ਸਿੰਘ ਹੁੰਦਾ, ਉਹਦੇ ਕੋਲ ਵੀ ਹਥਿਆਰ ਹੁੰਦਾ, ਤਾਂ ਮਤਲਬ ਉਹ ਜਿਹੜੀ ਸਾਡੀ ਧਾਰਮਿਕ ਬਣਤਰ ਆ ਉਹਨੂੰ ਗਲਤ ਢੰਗ ਨਾਲ ਅਦਾਲਤ ਵਿੱਚ ਪੇਸ਼ ਕੀਤਾ। ਤੁਹਾਨੂੰ ਲੱਗਦਾ ਕਿ ਫਿਰ ਜੇ ਸਰਕਾਰ ਨੇ ਤਾਂ ਦੇਖੋ ਆਪਦਾ ਪੱਖ ਦੇਣਾ ਸੀ, ਉਹਨਾਂ ਨੇ ਇਸ ਤਰ੍ਹਾਂ ਪ੍ਰਜੈਂਟ ਕਰਤਾ ਛੋਟੇ ਛੋਟੇ ਬੱਚਿਆਂ ਦੀਆਂ ਤਸਵੀਰਾਂ, ਚਾਹੇ ਉਹ ਸਧਾਰਨ ਕੋਈ ਪਰਿਵਾਰ ਨੇ ਰੀਲ ਬਣਾਉਣ ਦੇ ਲਈ ਬੱਚੇ ਅੱਗੇ ਭੇਜੇ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਹਾਡੇ ਦੀ ਮੈਨੇਜਮੈਂਟ ਦੇ ਵਿੱਚ ਕੋਈ ਗੜਬੜ ਰਹੇਗੀ? ਤੁਸੀਂ ਉਸ ਚੀਜ਼ ਨੂੰ ਸਰਕਾਰ ਨੇ ਤਾਂ ਉਹ ਪੱਖ ਪੇਸ਼ ਕਰਤਾ ਪਰ ਤੁਸੀਂ ਆਪਦਾ ਡਿਫੈਂਸਿਵ ਜਾਂ ਆਪਣਾ ਪੱਖ ਉੱਥੇ ਨਹੀਂ ਰੱਖ ਸਕੇ ਪ੍ਰੋਪਰ? ਐ ਨਹੀਂ ਹੈ, ਤੁਹਾਡਾ ਹੀ ਮਾਧਿਅਮ ਹੈ ਜਿਹਦੇ ਰਾਹੀਂ ਅਦਾਲਤ ਦੀ ਟਿੱਪਣੀ ਲੋਕਾਂ ਤੱਕ ਪਹੁੰਚ ਰਹੀ ਹੈ, ਤੁਹਾਡਾ ਹੀ ਮਾਧਿਅਮ ਹੈ ਜਿਹਦੇ ਰਾਹੀਂ ਸਾਡਾ ਪੱਖ ਲੋਕਾਂ ਤੱਕ ਜਾ ਰਿਹਾ। ਅਸੀਂ ਪੱਖ ਆਪਦੇ ਨੂੰ ਲੋਕਾਂ ਤੱਕ ਰੱਖ ਰਹੇ, ਐਡਾ ਵੱਡਾ ਮੰਚ ਆ ਉੱਥੋਂ ਪੇਸ਼ ਕਰ ਰਹੇ, ਔਰ ਭਾਰਤ ਦੇ ਲੋਕ ਪੰਜਾਬੀ ਬਹੁਤ ਚੰਗੀ ਤਰ੍ਹਾਂ ਸਮਝਦੇ ਵੀ ਕੇਂਦਰ ਕਿੰਨਾ ਕੁ ਪੰਜਾਬੀਆਂ ਪ੍ਰਤੀ ਵਫਾਦਾਰ ਆ। ਹਾਂ, ਸਰਕਾਰ ਦਾ ਇਹ ਵੀ ਢੰਗ ਹੈ ਵੀ ਸਾਨੂੰ ਖਿੱਚ ਕੇ ਅਦਾਲਤ ਰਾਹੀਂ ਖੜੇ, ਉਹ ਢੰਗ ਹੁੰਦਾ। ਅਸੀਂ ਪਿਛਲੇ ਅੰਦੋਲਨ 'ਚ ਵੀ ਅਦਾਲਤਾਂ ਦੇ ਢੰਗ ਤੋਂ ਬਚੇ ਹਾਂ, ਅਸੀਂ ਇਹਨਾਂ ਲੋਕਾਂ 'ਤੇ ਭਰੋਸਾ ਰੱਖਦੇ ਹਾਂ, ਲੋਕਾਂ ਦੇ ਸੰਘਰਸ਼ 'ਤੇ ਭਰੋਸਾ ਰੱਖਦੇ ਹਾਂ ਵੀ ਸਰਕਾਰ ਇਸ ਅੰਦੋਲਨ ਨੂੰ ਖਤਮ ਕਰਨ ਦੇ ਅੱਡ ਅੱਡ ਜ਼ਰੀਏ ਵਰਤੂਗੀ ਜਿਹਦੇ ਤੋਂ ਅਸੀਂ ਬਚ ਕੇ ਚੱਲ ਰਹੇ। ਇੱਕ ਨਾ ਕੁਝ ਟਿੱਪਣੀਆਂ ਮੈਂ ਉਹ ਮੈਸੇਜ ਖੋਲਿਆ ਕਿ ਜਿਹਦੇ ਵਿੱਚ ਬੜੀਆਂ ਜਿਸ ਤਰ੍ਹਾਂ ਟਿੱਪਣੀਆਂ ਸੀ। ਇੱਕ ਸਾਫ਼ ਤੌਰ 'ਤੇ ਕੋਰਟ ਨੇ ਇਹ ਕਿਹਾ ਕਿ ਕਿਉਂ ਨਾ ਜਿਹੜੇ ਕਿਸਾਨ ਆਗੂ ਨੇ, ਕਿਉਂਕਿ ਕਿਸਾਨ ਆਗੂਆਂ 'ਤੇ ਇੰਨਾ ਸਵਾਲ ਜਿਹੜਾ ਹੈਗਾ ਖੜੇ ਹੋ ਗਏ ਕਿ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚੇਨਈ ਭੇਜ ਦਿੱਤਾ ਜਾਣਾ ਚਾਹੀਦਾ। ਦੇਖੋ,
ਇਹ ਟਿੱਪਣੀ ਅਦਾਲਤ ਦੀ ਉਹਦੇ ਜਿਹੜਾ ਆਰਡਰ ਆਇਆ ਉਹਦੇ ਵਿੱਚ ਨਹੀਂ ਹੈ, ਵਰਬਲ ਕੋਰਟ ਦੇ ਵਿੱਚ ਵਰਬਲ ਕੋਈ ਹੋਈ ਤੁਹਾਡੇ ਕੋਲ ਜਾਣਕਾਰੀ ਮਿਲ ਰਹੀ ਹੈ। ਦੇਖੋ ਕਿਸਾਨ ਲੀਡਰ ਕਿਸੇ ਮਤਲਬ ਜੇਲ੍ਹ ਤੋਂ ਜਾਣ ਤੋਂ ਡਰਦੇ ਨਹੀਂ ਹੈਗੇ, ਠੀਕ ਹੈ। ਅਸੀਂ ਤਾਂ ਕਹਿੰਦੇ ਤੁਸੀਂ ਫੈਸਲਾ ਕਰ ਲਓ ਵੀ ਜੇ ਬਈ ਮੋਦੀ ਸਰਕਾਰ ਮੰਗਾਂ ਪੂਰੀਆਂ ਕਰ ਦੇਵੇ ਸਾਨੂੰ ਕਿਸੇ ਜੇਲ੍ਹ ਡੇਲ ਦਾ ਕੋਈ ਖਤਰਾ ਨਹੀਂ ਹੈਗਾ, ਠੀਕ ਹੈ। ਪਰ ਜਿਹੜੀ ਉਹ ਸਾਡੇ ਪ੍ਰਤੀ ਪਰਸੈਪਸ਼ਨ ਬਣਾ ਰਹੇ ਨੇ ਵੀ ਤੁਸੀਂ ਬੱਚਿਆਂ ਨੂੰ ਜਾਂ ਕਿਸੇ ਨੂੰ ਢਾਲ ਬਣਾ ਰਹੇ ਹੋ, ਅਜਿਹੀ ਇੱਥੇ ਗੱਲ ਹੈ ਨਹੀਂ ਹੈ। ਤੋ ਜੋ ਹਰਿਆਣਾ ਸਰਕਾਰ ਨੇ ਬਰਬਰਤਾ ਕੀਤੀ ਹੈ ਉਹ ਅੱਡ ਉਹ ਦੁਨੀਆਂ ਨੇ ਦੇਖੀ ਆ, ਦੁਨੀਆਂ ਨੇ ਪੇਸ਼ ਕੀਤਾ ਨਹੀਂ ਕਰ ਸਕੇ। ਦੇਖੋ ਅਸੀਂ ਤਾਂ ਤੁਹਾਡੇ ਸਾਹਮਣੇ ਰੱਖ ਰਹੇ, ਜਦੋਂ ਅਸੀਂ ਅਦਾਲਤ ਦਾ ਉਹ ਬੂਹਾ ਹੀ ਨਹੀਂ ਵੜਨਾ ਹੀ ਨਹੀਂ ਉੱਥੇ, ਵੀ ਉਹ ਤਾਂ ਦੇਖੋ ਬਹੁਤ ਸਾਰੇ ਵੱਲੋਂ ਠੀਕ ਹੈ, ਕੋਈ ਵੀ ਆਜ਼ਾਦੀ ਨਾਲ ਜਾ ਸਕਦਾ, ਉਹਦਾ ਹੱਕ ਹੈਗਾ ਨਿਆਂਪਾਲਿਕਾ ਕੋਲ, ਅਸੀਂ ਉੱਤੇ ਕੋਈ ਟਿੱਪਣੀ ਨਹੀਂ। ਅਸੀਂ ਇੱਕ ਅੰਦੋਲਨ ਚਲਾਇਆ ਸੀ 2019 ਚ, ਸਾਨੂੰ ਪੰਜਾਬ ਹਰਿਆਣਾ ਦੇ ਚੀਫ ਜਸਟਿਸ ਨੇ ਸਾਫ਼ ਕਿਹਾ ਸੀ ਵੀ ਮੈਂ ਬੈਠਾ ਤੁਹਾਡੇ ਸਾਹਮਣੇ, ਮੇਰੇ ਕੋਲ ਇਨਸਾਫ਼ ਨਹੀਂ, ਅਜੇ ਤੱਕ ਇਨਸਾਫ਼ ਨਹੀਂ ਹੁੰਦਾ, ਪੀਐਲਪੀਆ ਦਾ ਕੋਈ ਸਿਰ ਤੇ ਕੋਈ ਮੂੰਹ ਨਹੀਂ ਹੈਗਾ, ਠੀਕ ਹੈ। ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ, ਅਸੀਂ ਇੱਕ ਸਾਡੇ ਕਿਸੇ ਕਿਸਾਨ ਲੀਡਰ ਨੇ ਪੀਐਲ ਪਾਤੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਵੀ ਉੱਤੇ ਲਓ, ਉਹਨਾਂ ਨੇ ਦੇ ਦਿੱਤਾ ਵੀ ਦੇਸ਼ ਦੇ ਸੁਪਰੀਮ ਕੋਰਟ ਨੇ ਵੀ ਕਾਰਜਪਾਲਿਕਾ ਦੇ ਵਿਰੁੱਧ ਅਸੀਂ ਕੁਛ ਵੀ ਨਹੀਂ ਜਾ ਸਕਦੇ, ਫੈਸਲੇ ਤਾਂ ਉਹਨਾਂ ਤੇ ਸੀਮਤਾਈਆਂ ਵੀ ਹੈ ਨਿਆਂਪਾਲਿਕਾ ਦੀਆਂ, ਸਾਡੀਆਂ ਮੰਗਾਂ ਨੂੰ ਵੇਖ ਕੇ ਅਸੀਂ ਸਭ ਤੋਂ ਸਾਨੂੰ ਪਤਾ ਵਾ, ਸਾਡੇ ਕੋਲ ਬਥੇਰੇ ਲਾਇਰ ਆ ਸਾਰੇ ਅੱਜਕੱਲ, ਇਸ ਕਰਕੇ ਅਸੀਂ ਇਸ ਪੀਸਫੁਲ ਅੰਦੋਲਨ ਨੂੰ ਜਿਵੇਂ ਇੱਕ ਮਾਸ ਮੂਵਮੈਂਟ ਚੱਲਦੀ ਆ ਉਹ ਸਰਕਾਰ ਕੋਲ ਆਪਦੀ ਮੰਗ ਰੱਖਦੀ ਆ ਉਹਦੇ ਉਹ ਢੰਗ ਵਰਤ ਰਹੇ ਹਾਂ। ਸ਼ੁਭਕਰਨ ਦੀ ਮੌਤ ਮਾਮਲੇ ਤੇ ਵੀ ਗੱਲ ਹੋਈ ਔਰ ਇੱਕ ਵੱਡਾ ਆਰਡਰ ਉਹਦੇ ਚ ਵੀ ਹੋਇਆ ਕਿ ਰਿਟਾਇਰਡ ਜੱਜ ਆ ਜਿਹੜੇ ਉਸ ਦੀ ਜਾਂਚ ਕਰਨਗੇ, ਤਿੰਨ ਮੈਂਬਰੀ ਕਮੇਟੀ ਦਾ ਗੱਲ ਹੋਈ ਹੈ, ਏ ਡੀ ਜੀ ਪੀ ਇੱਕ ਪੰਜਾਬ ਦਾ ਇੱਕ ਹਰਿਆਣੇ ਦਾ, ਉਹਨੂੰ ਕਿਵੇਂ ਦੇਖਦੇ ਹੋ ਇਨਸਾਫ਼ ਦੀ ਆਸ? ਦੇਖੋ ਜਿੱਥੋਂ ਤੱਕ ਸਵਾਲ ਇਸ ਮਸਲੇ ਦਾ ਵੀ ਸਰਕਾਰਾਂ ਜਾਂ ਅਦਾਲਤਾਂ ਦੀਆਂ ਕਮੇਟੀਆਂ ਪਹਿਲੀ ਵਾਰ ਨਹੀਂ ਬਣ ਰਹੇ, ਲਖੀਮਪੁਰ ਖੀਰੀ ਦੇ ਵਿੱਚ ਚੀਜ਼ਾਂ ਅਸੀਂ ਦੇਖੀਆਂ, ਇਸ ਢੰਗ ਨਾਲ ਮੁੱਦੇ ਨੂੰ ਲਮਕਾਉਣਾ ਭਜਾਉਣਾ ਇਹ ਸਪਸ਼ਟ ਆ ਨਜ਼ਰ ਆਉਂਦਾ, ਸਾਡਾ ਤੇ ਸਪਸ਼ਟ ਆ ਵੀ ਤੁਸੀਂ ਐਫ ਆਈ ਆਰ ਕਰਤੀ ਜਿਨ੍ਹਾਂ ਨੇ ਦਿੱਲੀ ਤੋਂ ਹੁਕਮ ਦਿੱਤੇ, ਜਿਨ੍ਹਾਂ ਨੇ ਹਰਿਆਣੇ ਤੋਂ ਹੁਕਮ ਦਿੱਤੇ, ਜਿਹੜੇ ਮੌਜੂਦਾ ਅਧਿਕਾਰੀ ਸੀ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ ਨੂੰ ਪਰਚੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰੋ ਤੁਰੰਤ, ਸੰਭਵ ਹੈ। ਜਿਹੜੇ ਡਰੋਨ 'ਚ ਤੁਹਾਨੂੰ ਇਹ ਪਤਾ ਲੱਗ ਰਿਹਾ ਪੇਦਰਲੇ ਪਾਸੋਂ ਸ਼ਨਾਖਤ ਹੋ ਰਹੀ ਹੈ ਤੁਹਾਨੂੰ, ਆਹ ਨੌਜਵਾਨ ਆ ਰਹੇ ਆ, ਤੁਸੀਂ ਉਹਨਾਂ ਦੇ ਪਾਸਪੋਰਟ ਤੁਸੀਂ ਉਹਨਾਂ ਦੇ ਵੀਜ਼ੇ ਕੈਂਸਲ ਕਰ ਰਹੇ, ਤੁਹਾਨੂੰ ਡਰੋਨਾਂ ਰਾਹੀਂ ਸਭ ਕੁਝ ਦਿਖ ਰਿਹਾ, ਤੇ ਤੁਹਾਡੇ ਡਰੋਨ 'ਚ ਇਹ ਵੀ ਆਇਆ ਹੋਊ ਵੀ ਕਿੰਨੇ ਗੋਲੀ ਮਾਰੀ ਆ, ਠੀਕ ਹੈ ਨੀ, ਪੋਸਟਮਾਰਟਮ ਦੀ ਰਿਪੋਰਟ ਤੁਹਾਡੇ ਸਾਹਮਣੇ ਆ ਗਈ। ਤੋ ਸਰਕਾਰ ਦੀ ਜੇ ਨੀਅਤ ਸਾਫ਼ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਕੋਈ ਵੱਡੀ ਗੱਲ ਨਹੀਂ, ਪਰ ਸਰਕਾਰ ਦੀ ਨੀਅਤ ਸਾਫ਼ ਨਹੀਂ, ਅਦਾਲਤਾਂ ਰਾਹੀਂ ਇਹਨੂੰ ਇੰਨਾ ਕੁ ਲੰਬਾ ਖਿੱਚਿਆ ਜਾਊਗਾ, ਤੁਸੀਂ ਤੇ ਮੈਂ ਗਵਾਹ ਜੋ ਤੁਸੀਂ ਦੇਖ ਲਿਓ। ਹਾਂ ਇਹ ਲੋਕਾਂ ਦੀ ਲਹਿਰ, ਇਹ ਲੋਕਾਂ ਦੀ ਲਹਿਰ ਸਰਕਾਰ ਕੋਲੋਂ ਇਨਸਾਫ਼ ਲੈ ਸਕਦੀ। ਇੱਕ ਹੋਰ ਕੱਲ ਇੱਕ ਆਡੀਓ ਸਾਹਮਣੇ ਆਉਂਦੀ ਹੈ, ਸ਼ਾਇਦ ਉਸ ਆਡੀਓ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਉੱਠੇ ਹੋਣਗੇ, ਕਿਸਾਨ ਆਗੂਆਂ ਤੇ ਸਵਾਲ ਉੱਠ ਖੜੇ ਹੋਣਗੇ, ਇਸ ਤਰ੍ਹਾਂ ਦੀ ਆਡੀਓ ਦਾ ਬਾਹਰ ਆਉਣਾ ਜਾਂ ਕਿਉਂ ਐਸੇ ਹਾਲਾਤ ਪੈਦਾ ਹੋਏ ਕਿ ਇਸ ਤਰ੍ਹਾਂ ਦੀ ਆਡੀਓ ਬਾਹਰ ਆਈ? ਇੱਕ ਸਪੀਕਰ ਦੇ ਵਿੱਚੋਂ ਗੁਰਦੁਆਰਾ ਸਾਹਿਬ ਪਿੰਡ ਵੱਲੋਂ ਦਾ ਗ੍ਰੰਥੀ ਅਨਾਊਂਸਮੈਂਟ ਕਰਦਾ ਕਿ ਕਿਸਾਨ ਜਥੇਬੰਦੀਆਂ ਸਿੱਧਾ ਸਿੱਧੂਪੁਰ ਜਥੇਬੰਦੀ ਦੇ ਸਵਾਲ ਚੁੱਕਿਆ ਗਿਆ ਕਿ ਉਹ ਜੀ ਸਾਥੋਂ ਗੁੱਲਕ ਦੇ ਪੈਸੇ ਮੰਗ ਰਹੇ ਨੇ ਕਿ ਜਿਹੜੇ ਭੋਗ ਤੇ ਇਕੱਠੇ ਹੋਏ, ਉਸ ਤੋਂ ਬਾਅਦ ਇੱਕ ਲਿਸਟ ਵਾਇਰਲ ਹੁੰਦੀ ਹੈ
ਉਹਦੇ ਵਿੱਚ ਇਹ ਕਿਹਾ ਗਿਆ, ਇਲਜ਼ਾਮ ਲੱਗਿਆ ਕਿ ਜਥੇਬੰਦੀ ਨੇ ਸ਼ੁਭ ਦੇ ਪਰਿਵਾਰ ਨੂੰ ਸੰਸਕਾਰ ਤੱਕ ਦੀ ਹਰ ਚੀਜ਼ ਦਾ ਹੈਗਾ ਜਿਹੜਾ ਜੀ ਪੈਸੇ ਮੰਗ ਲਏ, ਇਸ ਤਰ੍ਹਾਂ ਦੇ ਚੀਜ਼ਾਂ ਵਾਇਰਲ ਹੋ ਰਹੀਆਂ, ਉਹਨੂੰ ਕਿਵੇਂ ਦੇਖਦੇ? ਦੇਖੋ ਮੇਰੇ ਖਿਆਲ ਸ਼ੁਭ ਕਰਨ ਦੇ ਪਰਿਵਾਰ ਦਾ ਬਿਆਨ ਆ ਰਿਹਾ, ਉਹ ਵੱਧ ਸਪਸ਼ਟ ਕਰਨ ਚਾਹੀਦੇ। ਇੱਕ ਤਾਂ ਇਹ ਪੜਤਾਲ ਦਾ ਵਿਸ਼ਾ ਵਾ, ਇਹ ਤਾਂ ਦੂਜੀ ਭਰਾਤਰੀ ਜਥੇਬੰਦੀ ਨਾਲ ਗੱਲ ਕਰਕੇ ਸਪਸ਼ਟ ਕੀਤਾ ਜਾ ਸਕਦਾ। ਡੱਲੇਵਾਲ ਸਾਹਿਬ ਬਹੁਤ ਸਪਸ਼ਟ ਕਰ। ਦੂਸਰਾ, 9 ਸਮਿੰਟਾਂ ਪਿੰਡਾਂ ਦੇ ਗੁਰਦੁਆਰਿਆਂ ਚੋਂ ਵੀ ਹੁੰਦੀਆਂ ਰੋਜ਼, ਪਰ ਕੋਈ ਰਿਕਾਰਡ ਨਹੀਂ ਹੈ। ਠੀਕ ਹੈ, ਹਰ ਗੁਰਦੁਆਰੇ 'ਚ 9 ਸਮਿੰਟ ਹੁੰਦੀ ਆ, ਸਾਡੇ ਪਿੰਡਾਂ 'ਚ ਕਈ ਜੇ 9 ਸਮਿੰਟ ਹੋਈ ਤਾਂ ਉਸੇ ਵੇਲੇ ਉਹ ਰਿਕਾਰਡ 'ਤੇ ਆਈ ਆ ਅਤੇ ਵਾਇਰਲ ਹੋਈ ਆ, ਫਿਰ ਉਹਦੀ ਉਹਦਾ ਫਿਰ ਤੱਥ ਸਾਹਮਣੇ ਆ ਜਾਂਦਾ ਵੀ ਉਹ 9 ਸਮਿੰਟ ਦੇ ਪਿੱਛੇ ਕੁਛ ਨਾ ਕੁਛ ਅਜਿਹੀ ਚੀਜ਼ ਰਹੀ ਹੋਊਗੀ ਜਿਹੜੀ ਇਸ ਪੂਰੇ ਅੰਦੋਲਨ ਨੂੰ ਬਦਨਾਮ ਕਰਨ ਲਈ ਤਿਆਰੀ ਕਰਦੀ। ਤੁਹਾਨੂੰ ਲੱਗਦਾ ਕਿ ਉਹ ਪੂਰਾ ਇੱਕ ਪਲਾਨ ਲੱਗਦਾ ਤਾਂ? ਬਿਲਕੁਲ, ਦੇਖੋ ਹਰ ਗੁਰਦੁਆਰੇ, ਤੁਸੀਂ ਪਿੰਡਾਂ 'ਚ ਰਹਿੰਦੇ, ਮੈਂ ਵੀ ਰਹਿੰਦਾ, ਵੀ ਸਾਡੇ ਰੌਲੇ ਰੱਪੇ ਵੀ ਗੁਰਦੁਆਰਿਆਂ ਦੇ 9 ਸਮਿੰਟ 'ਚ ਹੁੰਦੇ ਆ, ਪੰਚਾਇਤ ਦੀ ਬੋਲੀ ਆ ਬਈ, ਫਲਾਣੇ ਇਤਰਾਜ ਕਰ ਰਹੇ, ਆਹ ਕਰ ਰਹੇ, ਆਹ ਫਲਾਣਾ ਮਸਲਾ, ਵੀ ਦੋ ਪੰਚਾਇਤਾਂ ਬਹਿਣਗੀਆਂ, ਦੋ ਤੜੇ ਬਹਿਣਗੇ, ਪਰ ਰਿਕਾਰਡਿੰਗ ਕਦੀ ਵੀ ਉਹ ਗੁਰਦੁਆਰੇ ਦੀ 9 ਸਮਿੰਟ 'ਤੇ ਨਹੀਂ ਹੁੰਦੀ। ਜੇ ਇੱਧਰੋਂ ਸਪੈਸ਼ਲ ਤਿਆਰੀ ਹੋਊ ਨਾ, ਇੱਧਰੋਂ 9 ਸਮਿੰਟ ਹੋ ਰਹੇ ਹੋ, ਉੱਧਰ ਰਿਕਾਰਡਿੰਗ ਹੋ ਰਹੀ ਹੋ, ਉਹਦੇ ਪਿੱਛੇ ਤੱਥ ਤਾਂ ਹੋਣਗੇ, ਫਿਰ ਵੀ ਇਹ ਪੜਤਾਲ ਨਹੀਂ ਹੋਈ ਤੁਹਾਨੂੰ? ਨਾ, ਪੜਤਾਲ ਦਾ ਪਿੱਛਾ ਫਿਰ ਵੀ ਸਬਾਇਕ ਵੀ ਨਹੀਂ ਹੋਈ, ਫਿਰ ਵੀ ਸਾਡਾ ਸਪਸ਼ਟ ਆ ਬਾਈ, ਉਹਨਾਂ ਦੇ ਪਿੰਡ ਦਾ ਤੁਹਾਡੇ ਚੈਨਲ ਤੇ ਵੀ ਸਪਸ਼ਟੀਕਰਨ ਆ ਹੀ ਗਿਆ ਵਾ। ਠੀਕ ਹੈ ਜੀ ਬਾਈ, ਕੋਈ ਰੌਲਾ ਨਹੀਂ। ਜੇ ਸਾਥੋਂ ਕਿਤੇ ਵੀ ਮੰਨ ਲਓ ਅੰਦੋਲਨ ਲੜਦੇ ਆ, ਕੋਈ ਮਾਇਆ ਦੀ ਘਾਟ ਆਉਂਦੀ ਆ, ਅਸੀਂ ਕਿਤੇ ਵੀ ਆਪਦੀ ਝੋਲੀ ਅੱਡ ਸਕਦੇ ਹਾਂ ਬਾਈ, ਇਹ 'ਚ ਸਾਨੂੰ ਕੋਈ ਨਹੀਂ ਹੈ, ਪਰ ਉਹਦਾ ਮਤਲਬ ਇਹ ਨਹੀਂ ਹੈ ਜੋ ਕੱਢਿਆ ਜਾ ਰਿਹਾ ਹੈਗਾ। ਹੁਣ ਅਸੀਂ ਪਿੰਡਾਂ ਜਾਂਦੇ, ਫੰਡ ਇਕੱਠਾ ਕਰਦੇ, ਧਾਰਮਿਕ ਸੰਸਥਾਵਾਂ ਆ ਸਾਰਾ ਲੰਗਰ ਲਾ ਕੇ ਬੈਠੀਆਂ, ਸਾਡੀਆਂ ਸੰਸਥਾਵਾਂ ਵੀ ਲੰਗਰ ਲਾ ਕੇ ਬੈਠੀਆਂ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ। ਤਾਂ ਇਹ ਅੰਦੋਲਨ ਸਾਰਿਆਂ ਦਾ, ਇਸ ਲਈ ਇਹ ਸਵਾਲ ਉੱਠ ਰਿਹਾ ਸੀ ਕਿ ਇੱਥੇ ਲੱਖਾਂ ਦਾ ਖਰਚ ਰੋਜ਼ ਹੋ ਰਿਹਾ, ਪਰ ਇਸੇ ਦੌਰਾਨ 1,98,000 ਦਾ ਰੌਲਾ ਜਿਹੜਾ ਹੈਗਾ ਉਹਦੇ 'ਤੇ ਚਰਚਾ ਸ਼ੁਰੂ ਹੁੰਦੀ ਹੈ? ਨਹੀਂ, ਮੈਨੂੰ ਨਹੀਂ ਲੱਗਦਾ, ਉਹ ਮੈਨੂੰ ਲੱਗਦਾ ਬੇਲੋੜੀ ਅਤੇ ਸਿਰਫ ਕਹਿ ਲਾ ਵੀ ਇਸ ਅੰਦੋਲਨ ਨੂੰ ਡੀਰੇਲ ਕਰਨ ਲਈ ਇਹ ਚਰਚਾ ਜਿਹੜਾ ਉਹ ਚੈਨਲਾਂ ਦਾ ਸ਼ਿਕਾਰ ਬਣ ਰਹੀ ਹੈ। ਅੱਛਾ, ਦੂਜੀ ਲੋਕ ਅੱਜ ਇਸ ਹਾਲਾਤ ਦੇ ਵਿੱਚ ਨੇ, 25ਵੇਂ ਦਿਨ ਲੋਕ ਇਹ ਸਮਝਣਾ ਚਾਹੁੰਦੇ ਆ, ਸਾਨੂੰ ਪਤਾ ਲੱਗੇ ਕਿ ਚੱਲ ਕੀ ਰਿਹਾ, ਸਾਹਮਣੇ ਜੋ ਚੱਲ ਰਿਹਾ ਦੇਖ ਰਿਹਾ, ਪਿੱਛੇ ਕੀ ਚੱਲ ਰਿਹਾ, ਸਰਕਾਰ ਦੇ ਨਾਲ ਕੋਈ ਗੱਲਬਾਤ ਹੋ ਰਹੀ ਹੈ, ਕੋਈ ਸਿਰਿਆਂ ਸੱਪਾ ਆ ਰਿਹਾ ਤੁਹਾਡੇ ਵੱਲੋਂ ਜਾ ਰਿਹਾ, ਉਧਰੋਂ ਆ ਰਿਹਾ ਕੋਈ ਮਾੜੀ ਮੋਟੀ ਕੋਈ ਗੱਲਬਾਤ? ਦੇਖੋ, ਇਹ ਅਧਿਕਾਰੀ ਗੱਲ ਕੋਈ ਕਿੱਧਰੋਂ ਕਰ ਲਈ, ਕਿਸੇ ਨੇ ਉਧਰੋਂ ਕਰ ਲਈ, ਅਸਲ ਵਿੱਚ ਇਹਨਾਂ ਗੱਲਾਂ ਦਾ ਕੋਈ ਮਾਇਨਾ ਮਤਲਬ ਨਹੀਂ ਹੁੰਦਾ ਜਿੰਨੀ ਦੇਰ ਤੱਕ ਉਹ ਸਪਸ਼ਟ ਕੇਂਦਰ ਦਾ ਲਿਖਤੀ ਸੁਨੇਹਾ ਨਾ ਹੋਵੇ। 21 ਤਰੀਕ ਨੂੰ ਇੱਕ ਮੀਟਿੰਗ ਦਾ ਸੁਨੇਹਾ ਆਇਆ ਸੀ, ਉਹ ਕਿੱਧਰ ਗਿਆ? ਮੈਨੂੰ ਲੱਗਦਾ, ਦੇਖੋ ਉਦਣ ਕਿਉਂਕਿ ਇਹ ਕਾਂਡ ਵਾਪਰ ਗਿਆ ਔਰ ਉਸ ਕਾਂਡ ਦੇ ਵਿੱਚ ਗੱਲਬਾਤ ਜਾਰੀ ਰੱਖਣਾ ਮੈਨੂੰ ਲੱਗਦਾ ਠੀਕ ਨਹੀਂ ਸੀ ਤੁਹਾਡੇ ਵੱਲੋਂ, ਪਿੱਛੇ ਹਟ ਗਿਆ ਉੱਥੇ ਕਿਉਂ ਨਹੀਂ? ਜਦੋਂ ਮਾਹੌਲ ਇਸ ਕਿਸਮ ਦਾ ਸੀ, ਫਿਰ ਇੱਕ ਬੰਨੇ ਤੁਸੀਂ ਸਿੱਧੀ ਗੋਲ ਲੈਣਾ, ਸਾਡੇ ਨੌਜਵਾਨ ਸ਼ਹੀਦ ਕਰੋ, ਦੂਜਾ ਫਿਰ ਗੱਲ ਹੋਵੇ, ਉਹ ਠੀਕ ਨਹੀਂ ਸੀ। ਅੱਛਾ, ਚੋਣ ਜ਼ਾਬਤਾ ਬਿਲਕੁਲ ਸਿਰ ਤੇ ਹੈ, ਲੋਕਾਂ ਨੂੰ ਇਹ ਵੀ ਸ਼ੰਕਾ ਹੈ ਕਿ ਜੇ ਚੋਣ ਜ਼ਾਬਤਾ ਅੱਗੇ ਲੱਗ ਜਾਂਦਾ ਤਾਂ ਫਿਰ ਐਸੇ ਹਾਲਾਤਾਂ 'ਚ ਪ੍ਰਦਰਸ਼ਨ ਦਾ ਕੀ ਹੋਏਗਾ, ਕਿਸਾਨਾਂ ਦੇ ਮਸਲੇ ਦਾ ਕੀ ਹੋਏਗਾ? ਦੇਖੋ, ਇੱਕ ਤਾਂ ਸਪਸ਼ਟ ਸੀਗਾ ਸਾਡੀ ਜੋ ਸਮਝ ਸੀਗੀ, ਅਸੀਂ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਭਰਸਕ ਯਤਨ ਕੀਤੀ, ਸਾਡੇ ਯਤਨ ਸਫਲ ਨਾ ਹੋਏ, ਅਸੀਂ ਨਵੰਬਰ 'ਚ ਚਾਹੁੰਦੇ ਸੀ ਸੰਘਰਸ਼, ਦਸੰਬਰ 'ਚ ਚਾਹੁੰਦੇ, ਚਲੋ ਉਹ ਕੋਈ ਗੱਲਾਂ ਨਾ ਬਣ ਸਕਿਆ। ਜਦੋਂ ਅਸੀਂ 13 ਫਰਵਰੀ ਨੂੰ ਆ ਰਹੇ, ਸਾਨੂੰ ਸਪਸ਼ਟ ਸੀਗਾ ਵੀ ਇਹ 40-45 ਦਿਨਾਂ 'ਚ ਤਾਂ ਇਹ ਮੰਗਾਂ ਮੰਨੀਆਂ ਜਾਣ ਵਾਲੀਆਂ ਨਹੀਂ ਹੈਗੀਆਂ, ਤਾਂ ਉਹਦੇ 'ਚੋਂ ਹੀ ਬਣਾ ਕੇ ਆਏ ਸੀ ਵੀ ਚੱਲ ਜੇ ਕੋਈ ਸਰਕਾਰ ਸੁਹਿਰਦ ਹੋਊਗੀ ਤਾਂ ਉਹ
ਕੁਛ ਚੀਜ਼ਾਂ ਨੂੰ ਇਸ ਢੰਗ ਨਾਲ ਰੱਖ ਢੱਖ ਲਊਗੀ ਵੀ ਇਹ ਚੀਜ਼ਾਂ ਕਿਤੇ ਸਿਰੇ ਲੱਗ ਜਾਣਗੀਆਂ। ਪਰ ਸਾਨੂੰ ਸਰਕਾਰ ਤਾਂ, ਤੁਸੀਂ ਸਰਕਾਰ ਦੀ ਪੂਰੀ ਬੋਡੀ ਲੈਂਗੁਏਜ ਵੇਖੋ, ਸਵਯਂ ਪ੍ਰਧਾਨ ਮੰਤਰੀ ਜੀ ਜਿਵੇਂ ਪੂਰੇ ਦੇਸ਼ ਵਿੱਚ ਜਾ ਕੇ ਚੋਣ ਕੰਪੇਨ ਵਿੱਚ ਰੁੱਝ ਗਏ ਨੇ, ਟਿਕਟਾਂ ਵਿੱਚ ਰੁੱਝ ਗਏ ਨੇ, ਉਹਨਾਂ ਦੀ ਦੋ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਿਤੇ ਵੀ ਕਿਸਾਨੀ ਨਾਲ ਕਿਵੇਂ ਨਿਬੜਨਾ ਚਰਚਾ ਨਹੀਂ। ਕਿਸਾਨ ਦੀ ਕਿਤੇ ਗੱਲ ਨਹੀਂ ਹੋਈ। ਦੋ ਹੀ ਬੰਦੇ ਨੇ, ਇੱਕ ਤਾਂ ਅਮਿਤ ਸ਼ਾਹ ਜੀ, ਇੱਕ ਪ੍ਰਧਾਨ ਮੰਤਰੀ ਜਿਹੜੇ ਫੈਸਲੇ ਕਰਦੇ ਨੇ, ਤੀਜਾ ਤਾਂ ਉੱਥੇ ਹੈ ਕੋਈ ਨਹੀਂ। ਤਾਂ ਉਹਨਾਂ ਦੇ ਏਜੰਡੇ ਤਾਂ ਹੈ ਨਹੀਂ ਗਾ ਅੰਦੋਲਨ। ਫਿਰ ਦੂਜਾ ਪੱਖ, ਜਿਹੜੀ ਮੰਗ ਲਈ ਅਸੀਂ ਪਿਛਲੇ 76 ਸਾਲਾਂ ਤੋਂ ਲੜ ਰਹੇ ਹਾਂ, ਅਸੀਂ ਤਾਂ ਚੋਣ ਜਾਬਤੇ ਦਾ ਕੋਰ, ਅੱਜ ਦੇਖੋ ਨਾ ਜਿਹੜੀ ਮੈਂ ਗੱਲ ਪਹਿਲੋਂ ਕਹੀ, ਅੱਜ ਏਜੰਡਾ ਸੈੱਟ ਹੋਣਾ ਕਿਸਾਨ ਮਜ਼ਦੂਰਾਂ ਦਾ, ਚਾਹੇ ਚੋਣ ਜਾਬਤਾ ਲੱਗ ਜਾਵੇ ਚਾਹੇ ਨਾ, ਸਾਨੂੰ ਫਰਕ ਨਹੀਂ ਪੈਂਦਾ। ਔਰ ਉਹ ਏਜੰਡਾ ਵਿਰੋਧੀ ਧਿਰਾਂ ਨੂੰ, ਵਿਰੋਧੀ ਧਿਰ ਬੋਲ ਵੀ ਰਹੀ ਹੈ ਨਾ, ਭਾਵੇਂ ਉਹ ਇਸ ਸਿਆਸੀ ਸਮੀਕਰਨ ਨੂੰ ਕੈਸ਼ ਕਰਨਾ ਚਾਹੁੰਦੇ, ਜਿਹੜੇ ਅੱਜ ਵਿਰੋਧੀ ਨੇ ਸੱਤਾ 'ਚ ਕਦੇ ਉਹ ਵੀ ਰਹੇ ਸੀ, ਉਹ ਵੀ ਅੱਜ ਕੈਸ਼ ਕਰਨਾ। ਪਰ ਇਹ ਸਾਡੇ ਅੰਦੋਲਨ ਕਰਕੇ ਬੋਲੇ ਨਾ, ਬਾਈ ਸਾਡੀ ਸਰਕਾਰ ਆਈ ਤਾਂ ਅਸੀਂ MSP ਗਰੰਟੀ ਕਾਨੂੰਨ ਬਣਾਵਾਂਗੇ। ਉਵੇਂ ਕਦੀ ਭਾਜਪਾ ਵੀ ਇਹ ਗੱਲਾਂ ਕਰਦੀ ਹੁੰਦੀ ਸੀ। ਜੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕਾਇਮ ਰਹੀ ਤਾਂ ਉਹ ਏਜੰਡਾ ਤੈਅ ਕਰੋ, ਹਾਕਮਾਂ ਨੂੰ ਵੀ ਬੋਲਣਾ ਪਊ, ਵਿਰੋਧੀਆਂ ਨੂੰ ਬੋਲਣਾ ਪਊ। ਅਜੇ ਤਾਈਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਏਜੰਡਾ ਇਸ ਢੰਗ ਨਾਲ ਫਿੱਟ ਨਹੀਂ ਹੋਇਆ। ਜੇ ਪਹਿਲੀ ਵਾਰ ਦੇਸ਼ ਦੇ ਚੋਣ ਪ੍ਰਕਿਰਿਆ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਚੱਲਿਆ ਤੇ ਇਹ ਏਜੰਡਾ ਸਾਡੇ ਵਾਲਾ ਫਿੱਟ ਹੋਊ ਵੀ ਬਾਈ ਆਹ ਕਿਸਾਨਾਂ ਮਜ਼ਦੂਰਾਂ ਦਾ ਏਜੰਡਾ, ਫਿਰ ਸਾਡਾ ਜਿਹੜਾ ਜਿੱਥੋਂ ਤੱਕ ਇਸ ਅੰਦੋਲਨ ਦੇ ਜਿੱਤ ਦਾ ਸਵਾਲ ਹੈ, ਕਨਫਿਊਜ਼ਨ ਨਾ, ਸਾਡਾ ਪਰਿਵਾਰ ਬਹੁਤ ਵੱਡਾ, 64 ਕਰੋੜ ਕਿਸਾਨ ਹੈ ਦੇਸ਼ ਵਿੱਚ, ਪੰਜਾਬ ਵਿੱਚ 2.25 ਕਰੋੜ, ਅਸੀਂ ਆਪਦਾ ਪਰਿਵਾਰ ਇਕੱਠਾ ਕਰ ਲਈਏ, ਏਕਾ ਕਰ ਲਈਏ, ਕੋਈ ਦੁਨੀਆਂ ਦੀ ਤਾਕਤ ਨਹੀਂ ਹੈ ਵੀ ਸਾਨੂੰ ਇਸ ਅੰਦੋਲਨ ਦੇ ਵਿੱਚ ਸਾਡੀਆਂ ਮੰਗਾਂ ਪੂਰੀਆਂ ਨਾ ਕਰਵਾ ਸਕੇ। 1-6 ਤਰੀਕ ਨੂੰ ਦਿੱਲੀ ਵੱਲ ਵਧਣ ਦੀ ਗੱਲ ਹੋਈ ਸੀ ਕਿ ਬਾਕੀ ਸੂਬੇ ਦੇ ਲੋਕ ਜਾਣਗੇ, ਉਹਦਾ ਕੀ ਹੋਇਆ, ਕਿੱਥੇ ਨੇ ਉਹ? ਦੇਖੋ ਸਰਕਾਰ ਦੇ ਇਸ ਨੈਰੇਟਿਵ ਨੂੰ ਅਸੀਂ ਕੱਟ ਦਿੱਤਾ ਵੀ ਉਹ ਕਹਿੰਦੇ ਸੀ ਵੀ ਤੁਹਾਡੇ ਟਰੈਕਟਰ ਟਰਾਲੀਆਂ ਨਾਲ ਸਮੱਸਿਆ ਵਾ, ਹੋਰ ਕੋਈ ਸਮੱਸਿਆ ਨਹੀਂ ਸਰਕਾਰ ਦਾ ਬਿਆਨ। ਅਸੀਂ ਕਿਹਾ ਚਲੋ ਜੀ ਬਾਈ ਅਸੀਂ ਛੱਡਤਾ ਵੀ ਪੰਜਾਬ ਰਹਿਣ ਵਾਲੇ, ਅਸੀਂ ਤਾਂ ਵੀ ਟਰੈਕਟਰ ਟਰਾਲੀਆਂ ਦੇ ਜਾਣਾ ਸੀ ਵੀ ਬੈਰ ਨੇ ਇੱਥੇ, ਹੁਣ ਹੋਰਲਾ ਸੂਬਿਆਂ ਤੋਂ ਜਾਣਗੇ। ਪਹਿਲਾ ਛਾਪੇ ਮਾਰੀ ਰਾਜਸਥਾਨ 100 ਲੀਟਰ ਫੜਿਆ ਗਿਆ, ਘੱਟੋ ਘੱਟ 1.5-2 ਹਜ਼ਾਰ ਦਾ ਜਥਾ, ਜਦੋਂ 100 ਲੀਟਰ ਫੜਿਆ ਗਿਆ ਉਹ ਜਥਾ ਖਿੰਡ ਗਿਆ, ਉਹਨਾਂ ਚੋਂ ਕੁਛ ਬੰਦੇ ਚੜ ਗਏ ਤੇ ਉਹ ਬੂੰਦੀ ਕੋਟੇ ਦੇ ਲਾਗੇ ਸਵਾਏ ਮਾਧੋਪੁਰ ਸਟੇਸ਼ਨ, ਉੱਥੋਂ ਲਾ ਕੇ ਫੜ ਲਏ ਗਏ। ਹੁਣ ਇਹ ਸਪਸ਼ਟ ਹੋ ਗਿਆ ਵੀ ਤੁਸੀਂ ਕਿਸੇ ਕੀਮਤ ਤੇ ਸਾਨੂੰ ਅੱਗੇ ਨਹੀਂ ਜਾਣ ਦੇਣਾ ਚਾਹੁੰਦੇ। ਯੂਪੀ ਦੇ ਕੁਝ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਪਹੁੰਚੇ, ਉੱਥੇ ਜਾ ਕੇ ਗ੍ਰਿਫਤਾਰ ਕਰ ਲਏ ਗਏ। ਕੱਲ ਤਾਮਿਲਨਾਡੂ ਦੇ ਕਿਸਾਨ, 150 ਕਿਸਾਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਉਹਨਾਂ ਨੇ ਰੇਲ ਜਾਮ ਕੀਤੀ, ਕੇਸ ਪਾ ਦਿੱਤਾ ਉਹਨਾਂ ਤੇ ਰੇਲਵੇ ਨੇ, ਉਹਨਾਂ ਨੂੰ ਆਉਣ ਨਹੀਂ ਦਿੱਤਾ। ਕੁਝ ਕਿਸਾਨ ਸਾਡੇ ਕੇਰਲਾ ਤੋਂ ਕੱਲ ਫਿਰ ਤੁਰ ਪਏ ਹੈਗੇ, ਠੀਕ ਹੈ ਜੀ। ਇਦੋਂ ਗਾਂ ਜਿਹੜੇ ਕੁਛ ਕਿਸਾਨ ਦਿੱਲੀ ਦੇ ਜੋ ਵੀ ਇੰਟਰ ਹੋਇਆ ਉਹ ਗ੍ਰਿਫਤਾਰ ਕਰ ਲਏ ਗਏ, ਕੁਛ ਤਾਂ ਪਹੁੰਚੇ ਵੀ ਆ, ਉਹ ਦੇਖ ਰਹੇ ਆ ਵੀ ਇੱਥੇ ਵਾਹ ਕੋਈ ਨਹੀਂ ਜਾ ਰਹੀ ਸਾਡੀ। ਤੋ ਸਾਡਾ ਇੱਕ ਨੈਰੇਟਿਵ ਤੋੜਨਾ ਸੀ ਵੀ ਸਵਾਲ ਟਰੈਕਟਰ ਟਰਾਲੀ ਦਾ ਨਹੀਂ ਹੈ, ਚਾਹੇ ਸਾਡਾ 1000 ਕਿਸਾਨ ਉੱਥੇ ਪਹੁੰਚਿਆ ਚਾਹੇ 700 ਪਹੁੰਚਿਆ, ਸਰਕਾਰ ਦੇਸ਼ ਦੀ ਰਾਜਧਾਨੀ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਇੰਟਰ ਜਾਂ ਮਜ਼ਦੂਰ ਨੂੰ ਇੰਟਰ ਨਹੀਂ ਕਰਨਾ ਦੇਣਾ। ਜੇ ਦੂਜਾ ਇੱਕ ਹੋਰ ਪੱਖ ਦੇਖੋ, ਉਹ ਕਹਿੰਦੇ ਜੀ ਪੰਜਾਬ ਦਾ ਅੰਦੋਲਨ ਹੈ, ਪੰਜਾਬ ਵਾਲਿਆਂ ਤਾਂ ਇੱਥੇ ਐਲਾਨ ਕਰਤਾ ਵੀ ਅਸੀਂ ਬਾਰਡਰਾਂ ਤੋਂ ਅੱਗੇ ਵਧਣਾ ਨਹੀਂ, ਤੇ ਫਿਰ ਦਿੱਲੀ ਨੂੰ ਸਾਰੀ ਅਰਧ ਸੈਨਿਕ ਫੋਰਸਾਂ ਨੇ, ਪੁਲਿਸ ਨੇ ਘੇਰ ਕੇ ਕਿਉਂ ਰੱਖਿਆ, 144 ਕਿਉਂ ਲਾ ਛੱਡੀ? ਇਹਦਾ ਮਤਲਬ ਸਰਕਾਰ ਨੇ ਮੰਨ ਲਿਆ ਵੀ ਤੁਹਾਡਾ ਦੇਸ਼ ਦਾ ਅੰਦੋਲਨ ਹੈ। ਇੱਕ ਚੀਜ਼ ਕਲੀਅਰ ਕਰਿਓ, ਪੰਜਾਬ ਦੇ ਕਿਸਾਨ ਜਾਂ ਜਿਹੜੇ ਖਨੌਰੀ ਔਰ ਸ਼ੰਭੂ ਤੇ ਬੈਠੇ ਨੇ, ਇਹ ਹੁਣ ਇਸ ਤੋਂ ਬਾਅਦ ਅੱਗੇ ਦਿੱਲੀ ਵਧਣ ਦੀ ਕੋਈ ਦੁਬਾਰਾ ਕੋਸ਼ਿਸ਼ ਹੋਏਗੀ ਕਿ ਜਾਂ ਹੁਣ ਇੱਥੇ ਪੱਕਾ ਮੋਰਚਾ ਲੱਗ ਗਿਆ? ਪੱਕਾ ਮੋਰਚਾ ਲੱਗ ਗਿਆ, ਜਿੱਦਣ ਸਰਕਾਰ ਰਾਹ ਦਊਗੀ ਇੱਥੋਂ, ਸਾਨੂੰ ਰਾਹ ਖੋਲ ਦਊਗੀ, ਅਸੀਂ ਦਿੱਲੀ ਜਾਣ ਵਾਲੀ ਗੱਲ ਤੇ ਕਾਇਮ ਆ। ਬੈਰੀਕੇਡ ਨਹੀਂ ਤੋੜੋਗੇ? ਨਾ, ਟਕਰਾਅ ਪੈਦਾ ਕਰਕੇ ਬੁਲਟ ਦੀ ਰਿਸਕ ਤੇ ਨਹੀਂ ਹੋਵਾਂਗੇ ਵਧਾਂਗੇ, ਠੀਕ ਹੈ। ਅਸੀਂ ਅੰਦੋਲਨ ਲੜੇ ਆ, ਅੰਦੋਲਨ ਵਿੱਚ ਝੰਡਾ ਡੰਡਾ ਵਾ, ਹਲਕਾ ਫੁਲਕਾ ਤੁਹਾਡੇ ਤੇ ਪਾਣੀ ਮਾਰ ਜਾਂਦੀ ਕੋਈ ਗੱਲ ਨਹੀਂ, ਹੰਝੂ ਗੈਸ ਮਾੜਾ ਮੋਟਾ ਵੱਜ ਜਾਂਦਾ ਕੋਈ ਗੱਲ ਨਹੀਂ, ਹਲਕਾ ਫੁਲਕਾ ਲਾਠੀ ਚਾਰਜ ਹੁੰਦਾ ਇੰਨਾ ਝੱਲ ਲੈਂਦੇ ਆ।
ਜਦੋਂ ਸਰਕਾਰ ਸਿੱਧੀ ਬੁਲਟ ਚਲਾਉਂਦੀ ਆ ਭਾਈ, ਨਿਹੱਤੇ ਲੋਕਾਂ ਦਾ ਸਿੱਧੀਆਂ ਗੋਲੀਆਂ ਦਾ ਕੋਈ ਮੁਕਾਬਲਾ ਨਹੀਂ ਹੁੰਦਾ। ਇਸ ਰਿਸਕ ਤੇ ਅਸੀਂ ਦਿੱਲੀ ਵੱਲ ਨੂੰ ਨਹੀਂ ਵਧਾਂਗੇ। ਔਰ ਜਦੋਂ ਸਰਕਾਰ ਇਹ ਰਾਹ ਖੋਲੂਗੀ ਉਦੋਂ, ਹੁਣ ਇਹ ਰਸਤਾ ਸਰਕਾਰ ਦੀ ਗਲੇ ਦੀ ਹੱਡੀ ਬਣਿਆ। ਅੱਜ ਸਾਡੀ ਪ੍ਰਸ਼ਾਸਨ ਹੈ ਕਿ ਅਸੀਂ ਰਾਹ ਰੋਕਿਆ, ਹੁਣ ਉਹਨਾਂ ਨੇ ਰੋਕਿਆ। ਹੁਣ ਜਦੋਂ ਅਸੀਂ ਰਾਹ ਇੱਥੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕਰ ਲਿਆ, ਫਿਰ ਦਿੱਲੀ ਨੂੰ ਕੋ ਘੇਰ ਕੇ ਰੱਖਿਆ। ਅਸੀਂ ਤਾਂ ਕਹਿੰਦੇ ਤੁਹਾਡੇ ਮਾਧਵ ਰਾਹੀਂ ਵੀ ਅਸੀਂ, ਸਾਡਾ ਭਾਈ ਤੁਹਾਨੂੰ ਅਪੀਲ ਆ ਵੀ ਦਿੱਲੀ ਵਾਲੇ ਰਾਹ ਸਾਰੇ ਖੋਲੋ, ਅਸੀਂ ਤਾਂ ਤੁਹਾਡੇ ਤੋਂ 250 ਕਿਲੋਮੀਟਰ ਦੇ ਇਹ ਬਾਰਡਰਾਂ ਦੇ ਪਿੱਛੇ ਜਿੰਨੇ ਵੀ ਤੁਸੀਂ ਲਾਏ ਬੈਰੀਕੇਡ ਉਹ ਖੋਲ ਦਿਓ। ਹਰਿਆਣੇ ਦੇ ਵਿੱਚੋਂ 70,000 ਅਰਧ ਸੈਨਿਕ ਫੋਰਸ ਕੱਢ ਲਓ, ਕਿਉਂਕਿ ਸਾਡਾ ਤੇ ਲਾਣੇ ਅਸੀਂ ਬੈਠਾਂਗੇ। ਜਿੰਨਾ ਚਿਰ ਤੁਸੀਂ ਨਹੀਂ ਖੋਲੋਗੇ ਉਹਨਾਂ ਚਿਰ ਅਸੀਂ ਅੱਗੇ ਨਹੀਂ ਵਧਾਂਗੇ। ਇਹ ਹੁਣ ਇੱਥੋਂ ਅੰਦੋਲਨ ਚਾਹੇ ਉਹ ਮਹੀਨਾ ਰਾਣਾ ਖੁੱਲੇ, 2 ਮਹੀਨੇ, 6 ਮਹੀਨੇ, ਇੱਕ ਮੰਨੀਏ ਵੀ ਹੁਣ ਤੁਸੀਂ ਇੱਥੇ ਇੱਕ ਲੰਬਾ ਅੰਦੋਲਨ ਚਲਾਓਗੇ ਪਿਛਲੀ ਵਾਰ ਵਾਂਗ। ਬਿਲਕੁਲ, ਇੱਥੋਂ ਇੱਕ ਲੰਬਾ ਅੰਦੋਲਨ ਚੱਲੂਗਾ ਔਰ ਦੁਨੀਆਂ ਦੇ ਅੱਗੇ ਪੇਸ਼ ਕਰਾਂਗੇ ਵੀ ਜਿਹੜੀ ਪੰਜਾਬ ਦੀ ਅਰਧ ਵਿਵਸਥਾ ਦਾ ਨੁਕਸਾਨ ਕਰ ਰਹੀ ਹੈ ਤੇ ਕੇਂਦਰ ਕਰ ਰਿਹਾ, ਸਾਡੀਆਂ ਮੰਡੀਆਂ, ਸਾਡਾ ਬੜਾ ਵਪਾਰ ਆਉਣਾ ਜਾਣਾ, ਸਾਡੇ ਵਪਾਰੀ ਜਾਂ ਦਿੱਲੀ ਦੇ ਵਪਾਰੀ ਜਾਂ ਪੂਰੇ ਹਰਿਆਣੇ ਨੂੰ ਜਿਵੇਂ ਇੱਕ ਮਤਲਬ ਖੁੱਲੀ ਜੇਲ੍ਹ ਚ ਬਦਲਿਆ, ਇਹਦੇ ਲਈ ਸਰਕਾਰ ਜ਼ਿੰਮੇਵਾਰ, ਅਸੀਂ ਨਹੀਂ ਜ਼ਿੰਮੇਵਾਰ। ਅਸੀਂ ਤਾਂ ਫੈਸਲਾ ਕਰ ਲਿਆ ਵੀ ਅਸੀਂ ਬਹਿ ਗਏ ਬਾਈ, ਠੀਕ ਆ। ਅੱਗੇ ਦੀ ਕੋਈ ਰੂਪਰੇਖਾ ਕਿਸਾਨਾਂ ਤੱਕ ਪਹੁੰਚਾ ਦਿਓ? ਦੇਖੋ, ਇੱਕ ਤਾਂ ਅੱਜ ਇੱਥੇ ਕੌਮਾਂਤਰੀ ਔਰਤ ਵਰਕਿੰਗ ਡੇ ਸੀਗਾ, ਅੱਜ ਤੁਸੀਂ ਵੇਖਿਆ ਕਿੱਡਾ ਵੱਡਾ ਇੱਥੇ ਇਕੱਠ ਹੋਇਆ। ਇਹਦੋਂ ਗਾਂ 10 ਨੂੰ ਆਪਾਂ ਪੂਰਾ ਦੇਸ਼ ਵਿਆਪੀ ਇਹ ਸਰਕਾਰ ਨੂੰ ਸਪਸ਼ਟ ਕਹਿਣਾ ਚਾਹੁੰਦੇ ਵੀ ਉਦਣ ਦੇਖ ਲਿਓ ਹੁਣ ਵੀ ਇਹ ਦੇਸ਼ ਵਿਆਪੀ ਹੈਗਾ ਕਿ ਨਹੀਂ। ਭਾਜਪਾ ਦੇ ਸੂਬਿਆਂ ਦੇ ਵਿੱਚ ਸਾਡੇ ਤੇ ਡਾਂਗ ਵੀ ਚੱਲੂ, ਗ੍ਰਿਫਤਾਰੀਆਂ ਵਜੋਂ ਫਿਰ ਵੀ ਸਾਡੇ ਕਿਸਾਨ ਰੇਲਾਂ ਵਾਲੇ ਪਾਸੇ ਨੂੰ ਜਾਣਗੇ ਜਿੱਥੋਂ ਤੱਕ ਉਹ ਜਾ ਸਕਦੇ ਆ। ਤਾਂ ਰੇਲ ਰੋਕੋ ਅੰਦੋਲਨ ਬਹੁਤ ਵੱਡਾ ਅੰਦੋਲਨ ਹੋਊਗਾ, ਇੱਕ ਅੰਸ਼ਕ ਹੈ ਹਾਲ ਤੇ। ਔਰ ਇਹ ਤੋਂ ਗਾਹਾਂ ਫਿਰ ਅਗਲੀ ਫਿਰ ਵਿਚਾਰ ਚਰਚਾ ਕਰਕੇ ਅਗਲੇ ਫੈਸਲੇ ਵੀ ਕਰਾਂਗੇ।